ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਅੱਜ ਆਪਾਂ ਜਿਹੜੇ ਐਮਸੀਕਿਊ ਕਰਨ ਲੱਗੇ ਆ ਇਹ ਵੀਡੀਓ ਤੁਹਾਡੇ ਸਾਰਿਆਂ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਪੰਜਾਬੀ ਵਿਆਕਰਨ ਦੇ ਨਾਲ ਸੰਬੰਧਿਤ ਆ ਠੀਕ ਹੈ ਜੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਪੰਜਾਬ ਦੇ ਦੇਸੀ ਮਹੀਨੇ ਤੇ ਸ਼ੁੱਧ ਰੂਪ ਜਿਹੜੇ ਪੰਜਾਬੀ ਟਿਪੀਕਲ ਪੰਜਾਬੀ ਇਹਦੇ ਵਿੱਚ ਚਾਰ ਪੰਜ ਕੁਐਸਚਨ ਪੱਕੇ ਆਉਣਗੇ ਪੇਪਰ 'ਚ ਸੋ ਇਹਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਆ ਤਰਤੀਬ ਜਿਹੜੀ ਸਕਰੀਨ ਦੇ ਉੱਤੇ ਤੁਹਾਨੂੰ ਦਿਖ ਰਹੀ ਹੈ ਯਾਦ ਕਰਨੀ ਪਊਗੀ ਠੀਕ ਹੈ ਜੀ ਕਿ ਜਿਹੜੇ ਆਪਣੇ ਦੇਸੀ ਮਹੀਨੇ ਨੇ ਇਹਨਾਂ ਨੂੰ ਤਰਤੀਬ ਵਾਈਜ਼ ਯਾਦ ਕਰਨਾ ਪਊ ਫਿਰ ਕੁਐਸਚਨ ਇਹਨਾਂ ਦੇ ਵਿੱਚੋਂ ਕਿਵੇਂ-ਕਿਵੇਂ ਦੇ ਬਣ ਸਕਦੇ ਆ ਤੁਹਾਨੂੰ ਅੱਗੇ ਆਪਾਂ ਐਮਸੀਕਿਊ ਕਰਵਾਉਨੇ ਆ ਪਹਿਲਾਂ ਤਰਤੀਬ ਯਾਦ ਕਰ ਲਿਓ ਠੀਕ ਹੈ ਜੀ ਚਾਹੇ ਵੀਡੀਓ ਨੂੰ ਪਾਉਜ਼ ਕਰ ਲਿਓ ਜਿਵੇਂ ਮਰਜ਼ੀ ਕਰ ਲਿਓ ਤੇ ਨਾਲ ਦੀ ਨਾਲ ਇੱਕ ਰਿਕੁਐਸਟ ਹੈ ਜਿਹੜੇ ਨਵੇਂ ਬੱਚੇ ਚੈਨਲ ਦੇ ਉੱਤੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਬੈਲ ਆਈਕਨ ਨੂੰ ਦਬਾ ਲਵੋ ਤਾਂ ਕਿ ਕੋਈ ਵੀ ਵੀਡੀਓ ਹੁਣ ਤੁਸੀਂ ਮਿਸ ਨਾ ਕਰੋ ਠੀਕ ਹੈ ਜੀ ਸੋ ਤਰਤੀਬ ਕੀ ਹੈ ਨੰਬਰ 1 ਦੇ ਉੱਤੇ ਦੇਸੀ ਮਹੀਨਾ ਹੈਗਾ ਚੇਤ 2 ਤੇ ਵਿਸਾਖ 3 ਤੇ ਜੇਠ 4 ਤੇ ਹਾੜ 5 ਤੇ ਸੌਣ 6 ਤੇ ਭਾਦੋ 7 ਤੇ ਅੱਸੂ 8 ਤੇ ਕੱਤਕ ਕੱਤਕ ਜਿਹਨੂੰ ਕੱਤਾ ਵੀ ਕਹਿ ਦਿੰਨੇ ਆ 9 ਤੇ ਮੱਗਰ 10 ਤੇ ਪੋ 11 ਤੇ ਮਾਗ ਤੇ 12 ਤੇ ਫੱਗਣ ਸੋ ਇਹ ਨੇ ਜੀ 12 ਦੇਸੀ ਮਹੀਨੇ ਨਾਲ ਦੀ ਨਾਲ ਇਹ ਕਿਹੜੇ ਕਿਹੜੇ ਮਹੀਨਿਆਂ ਦੇ ਵਿੱਚ ਹੁੰਦੇ ਆ ਤਾਂ ਤੁਸੀਂ ਉਹ ਵੀ ਨੋਟ ਜ਼ਰੂਰ ਕਰ ਲਿਓ ਜਿੱਦਾਂ ਚੇਤ ਮਾਰਚ ਅਪ੍ਰੈਲ ਚ ਹੁੰਦਾ ਵਿਸਾਖ ਅਪ੍ਰੈਲ ਮਈ ਚ ਹੁੰਦਾ ਜੇਠ ਮਈ ਜੂਨ ਚ ਹੁੰਦਾ ਹੜ ਜੂਨ ਜੁਲਾਈ ਚ ਸੌਣ ਜੁਲਾਈ ਅਗਸਤ ਚ ਭਾਦੋਂ ਅਗਸਤ ਸਤੰਬਰ ਅਸੂ ਸਤੰਬਰ ਅਕਤੂਬਰ ਕੱਤਕ ਅਕਤੂਬਰ ਨਵੰਬਰ ਮੱਗਰ ਨਵੰਬਰ ਦਸੰਬਰ ਪੋਹ ਦਸੰਬਰ ਜਨਵਰੀ ਮਾਘ ਜਨਵਰੀ ਫਰਵਰੀ ਤੇ ਫੱਗਣ ਫਰਵਰੀ ਮਾਰਚ ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀ ਉਹ ਚ ਫੋਟੋ ਵੀ ਪਾਈ ਸੀ ਸੋ ਹੁਣ ਆਪਾਂ ਤੁਹਾਨੂੰ ਐਮਸੀਕਿਊ ਤੇ ਲੈ ਕੇ ਚੱਲਦੇ ਆਂ ਦੇਖਦੇ ਆਂ ਇਹਨਾਂ ਦੇ ਵਿੱਚੋਂ ਕਿਵੇਂ-ਕਿਵੇਂ ਦੇ ਕੁਐਸਚਨ ਬਣਨਗੇ ਤੁਹਾਡੇ ਲਈ ਠੀਕ ਹੈ ਦੇਖਦੇ ਆਂ ਆਪਾਂ ਐਮਸੀਕਿਊ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਨੰਬਰ 1 ਦੇ ਉੱਤੇ ਜਿਹੜਾ ਪ੍ਰਸ਼ਨ ਆ ਉਹ ਹੈਗਾ ਜੀ ਪਹਿਲਾ ਦੇਸੀ ਮਹੀਨਾ ਕਿਹੜਾ ਹੈ ਠੀਕ ਹੈ ਜੀ ਸੋ ਆਪਸ਼ਨਾਂ ਤੁਹਾਨੂੰ ਦਿੱਤੀਆਂ ਹੋਈਆਂ ਨੇ ਏ ਹੈਗੀ ਚੇਤ ਬੀ ਹੈਗੀ ਵਿਸਾਖ ਸੀ ਹੈਗੀ ਹਾੜ ਤੇ ਡੀ ਹੈਗੀ ਜੇਠ ਸੋ ਇਸ ਕੁਐਸਚਨ ਦਾ ਆਨਸਰ ਤੁਹਾਨੂੰ ਤਾਂ ਪਤਾ ਹੋਊਗਾ ਜੇ ਤੁਹਾਨੂੰ ਦੇਸੀ ਮਹੀਨਿਆਂ ਮਹੀਨੇ ਨੇ ਜਿਹੜੇ ਉਹ ਤਰਤੀਬ ਵਾਈਜ਼ ਯਾਦ ਹੋਣਗੇ ਇਸੇ ਕਰਕੇ ਮੈਂ ਤੁਹਾਨੂੰ ਕਿਹਾ ਵਾ ਵੀ ਇਹ ਦੇਸੀ ਮਹੀਨੇ ਆ ਜਿਹੜੇ ਇਹਨਾਂ ਨੂੰ ਤਰਤੀਬ ਵਾਈਜ਼ ਜ਼ਰੂਰ ਯਾਦ ਕਰ ਲਿਓ ਸੋ ਇਸ ਕੁਐਸਚਨ ਦਾ ਜਿਹੜਾ ਰਾਈਟ ਆਨਸਰ ਆ ਉਹ ਹੈਗਾ ਜੀ ਤੁਹਾਡਾ ਆਪਸ਼ਨ ਨੰਬਰ ਏ ਜਿਹੜਾ ਪਹਿਲਾ ਦੇਸੀ ਮਹੀਨਾ ਵਾ ਉਹ ਕਿਹੜਾ ਹੁੰਦਾ ਉਹ ਹੁੰਦਾ ਜੀ ਚੇਤ ਸੋ ਆਪਸ਼ਨ ਨੰਬਰ ਏ ਤੁਹਾਡਾ ਹੋ ਜੂਗਾ ਜੀ ਰਾਈਟ ਆਨਸਰ ਸੋ ਹੁਣ ਆਪਾਂ ਦੇਖਦੇ ਆਂ ਜੀ ਕੁਐਸਚਨ ਨੰਬਰ 2 ਦੇਸੀ ਮਹੀਨੇ ਕੁੱਲ ਕਿੰਨੇ ਹਨ ਸੋ ਕੁੱਲ ਦੇਸੀ ਮਹੀਨੇ ਕਿੰਨੇ ਆ ਕਿੰਨੀ ਗਿਣਤੀ ਆ ਇਹਨਾਂ ਦੀ ਇਹ ਸੌਖਾ ਕੁਐਸਚਨ ਆ ਜਿਨੇ ਅੰਗਰੇਜ਼ੀ ਮਹੀਨੇ ਨੇ ਉਨੇ ਹੀ ਦੇਸੀ ਮਹੀਨੇ ਨੇ 12 12 ਠੀਕ ਹੈ ਜੀ ਸੋ ਦੋ ਨੰਬਰ ਆਪਸ਼ਨ ਇਸ ਦਾ ਰਾਈਟ ਆਨਸਰ ਨੈਕਸਟ ਹਾਂਜੀ ਚੇਤ ਤੋਂ ਬਾਅਦ ਕਿਹੜਾ ਦੇਸੀ ਮਹੀਨਾ ਆਉਂਦਾ ਵਾ ਸੋ ਇਸੇ ਕਰਕੇ ਮੈਂ ਬਾਰ-ਬਾਰ ਕਹਿ ਰਿਹਾ ਕਿ ਤਰਤੀਬ ਜਰੂਰੀ ਯਾਦ ਕਰ ਲਿਓ ਚੇਤ ਤੋਂ ਬਾਅਦ ਹਾੜ ਵਸਾਖ ਪੋ ਮਾਗ ਸੋ ਕਿਹੜਾ ਮਹੀਨਾ ਆਉਂਦਾ ਜੀ ਚੇਤ ਤੋਂ ਬਾਅਦ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਆ ਉਹ ਹੈਗਾ ਵਸਾਖ ਵੀ ਆਪਸ਼ਨ ਇਸ ਦਾ ਰਾਈਟ ਆਨਸਰ ਸੋ ਨੈਕਸਟ ਗਰਮੀ ਵਾਲਾ ਦੇਸੀ ਮਹੀਨਾ ਕਿਹੜਾ ਵਾ ਇਹਨਾਂ ਦੇ ਵਿੱਚੋਂ ਜਿਹੜੇ ਥੱਲੇ ਪੋ ਮੱਗਰ ਕਤਕ ਹਾੜ ਸੋ ਇਹਨਾਂ ਦੇ ਵਿੱਚੋਂ ਗਰਮੀ ਵਾਲਾ ਜਿਹੜਾ ਜਦੋਂ ਗਰਮੀ ਪੈਂਦੀ ਆ ਗਰਮੀ ਵਾਲਾ ਦੇਸੀ ਮਹੀਨਾ ਕਿਹੜਾ ਹੈ ਤਾਂ ਕਿਹੜਾ ਜੀ অপਸ਼ਨ ਨੰਬਰ ਡੀ ਹਾਰਡ ਹੋ ਜੂਗਾ ਠੀਕ ਹੈ ਹਾਰਡ ਦੇ ਵਿੱਚ ਕਹਿ ਦਿੰਦੇ ਆ ਪਹਾੜ ਦੇ ਵਿੱਚ ਗਰਮੀ ਪੈਂਦੀ ਆ ਠੀਕ ਹੈ ਨੈਕਸਟ ਹਾਂਜੀ ਲੋਹੜੀ ਤੋਂ ਅਗਲੇ ਦਿਨ ਕਿਹੜਾ ਦੇਸੀ ਮਹੀਨਾ ਸ਼ੁਰੂ ਹੁੰਦਾ ਆ ਸੋ ਜਦੋਂ ਲੋਹੜੀ ਹੁੰਦੀ ਆ ਜਨਵਰੀ ਦੇ ਅੱਧ ਦੇ ਵਿੱਚ ਤਾਂ ਅੱਗੇ ਆਪ ਕੀ ਕੀ ਚੜਦਾ ਹੁੰਦਾ ਕਿਹੜਾ ਦਿਨ ਆਉਂਦਾ ਹੁੰਦਾ ਆਪਾਂ ਕਹਿ ਦਿੰਨੇ ਆ ਜੀ ਮਾਗੀ ਆ ਸੋ ਮਾਗੀ ਤੋਂ ਮਤਲਬ ਭਈ ਮਾਗ ਦਾ ਮਹੀਨਾ ਸ਼ੁਰੂ ਹੁੰਦਾ ਵਾ ਠੀਕ ਹੈ ਲੋੜੀ ਤੋਂ ਅਗਲੇ ਦਿਨ ਕਿਹੜਾ ਮਹੀਨਾ ਸ਼ੁਰੂ ਹੁੰਦਾ ਮਾਗ ਦਾ ਸੋ ਰਾਈਟ ਆਨਸਰ ਹੋ ਜੂਗਾ ਤੁਹਾਡਾ ਮਾਗ ਹਾਂਜੀ ਨੈਕਸਟ ਆਖਰੀ ਦੇਸੀ ਮਹੀਨਾ ਕਿਹੜਾ ਹੈ ਤਾਂ ਆਪਸ਼ਨ ਤੁਹਾਡੇ ਕੋਲ ਨੇ ਏ ਮਾਗ ਬੀ ਚੇਤ ਸੀ ਫੱਗਣ ਡੀ ਜੇਠ ਸੋ ਕਿਹੜਾ ਵਾ ਆਖਰੀ ਦੇਸੀ ਮਹੀਨਾ ਤਾਂ ਉਹ ਤੁਹਾਡਾ ਰਾਈਟ ਆਨਸਰ ਹੈਗਾ ਵਾ ਆਪਸ਼ਨ ਨੰਬਰ ਸੀ ਆਖਰੀ ਮਹੀਨਾ ਫਗਣ ਨੂੰ ਕਿਹਾ ਜਾਂਦਾ ਨੈਕਸਟ ਹਾਂਜੀ ਇਹਨਾਂ ਦੇ ਵਿੱਚੋਂ ਜ਼ਿਆਦਾ ਠੰਡ ਵਾਲਾ ਦੇ ਸੀ ਮਹੀਨਾ ਕਿਹੜਾ ਵਾ ਆਪਸ਼ਨ ਯਾ ਤੁਹਾਡੇ ਕੋਲ ਏ ਜੇਠ ਬਿਹਾਰਡ ਸੀ ਸੌਣ ਜਾਂ ਡੀ ਪੋ ਸੋ ਕਿਹੜਾ ਵਾ ਰਾਈਟ ਆਨਸਰ ਹੋ ਜੂਗਾ ਤੁਹਾਡਾ ਆਪਸ਼ਨ ਨੰਬਰ ਡੀ ਪੋ ਪੋ ਮਾਗ ਠੀਕ ਹੈ ਜੀ ਪੋ ਮਾਗ ਦੇ ਵਿੱਚ ਜਿਆਦਾ ਠੰਡ ਪੈਂਦੀ ਆ ਪੋ ਦੇ ਦਿਨਾਂ ਵਿੱਚ ਹੀ ਆਪਣੇ ਛੋਟੇ ਸਹਬਜ਼ਾਦੇ ਤੇ ਵੱਡੇ ਸਹਬਜ਼ਾਦੇ ਸੀ ਜਿਹੜੇ ਉਹ ਸ਼ਹੀਦ ਹੋਏ ਸੀ ਠੀਕ ਹੈ ਜੀ ਆਪਾਂ ਉਹਨਾਂ ਨੂੰ ਸਹਬਜ਼ਾਦੇ ਆਦੇ ਦਿਨ ਵੀ ਕਹਿ ਦਿੰਨੇ ਆ ਜਿਹੜੇ ਪੋ ਦੇ ਦਿਨ ਹੁੰਦੇ ਆ ਐਂਡ ਵਾਲੇ ਪੋ ਦੇ ਦਿਨ ਜਿਵੇਂ 20 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਠੀਕ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਠੰਡ ਬਹੁਤ ਜ਼ਿਆਦਾ ਪੈਂਦੀ ਆ ਸੋ ਜਿਆਦਾ ਠੰਡ ਵਾਲਾ ਦੇਸੀ ਮਹੀਨਾ ਇਹਨਾਂ ਆਪਸ਼ਨਾਂ ਦੇ ਵਿੱਚੋਂ ਕਿਹੜਾ ਹੋਊਗਾ ਪੋ ਹੋਜੂਗਾ ਠੀਕ ਹੈ ਨੈਕਸਟ ਹਾਂਜੀ ਲੋਹੜੀ ਦਾ ਤਿਉਹਾਰ ਕਿਸ ਦੇਸੀ ਮਹੀਨੇ ਵਿੱਚ ਆਉਂਦਾ ਹੈ ਸੋ ਲੋਹੜੀ ਦਾ ਤਿਉਹਾਰ ਕਿਹੜੇ ਦੇਸੀ ਮਹੀਨੇ ਚ ਆਉਂਦਾ ਵਾ ਤਾਂ ਉਹ ਵੀ ਪੋਹ ਦੇ ਵਿੱਚ ਹੀ ਆਉਂਦਾ ਪੋਹ ਦਾ ਲਾਸਟ ਦਿਨ ਹੁੰਦਾ ਠੀਕ ਹੈ ਜੀ ਕਿਉਂਕਿ ਲੋਹੜੀ ਤੋਂ ਨੈਕਸਟ ਡੇ ਕੀ ਹੁੰਦੀ ਆ ਮਾਗੀ ਹੁੰਦੀ ਆ ਸੋ ਮਾਗ ਮਹੀਨਾ ਵਾ ਜਿਹੜਾ ਉਹ ਮਾਗ ਦੇ ਮਹੀਨੇ ਦੀ ਸੰਗਰਾਮਤ ਹੁੰਦੀ ਆ ਠੀਕ ਹੈ ਮਾਗ ਦਾ ਮਹੀਨਾ ਚੜ੍ਹਦਾ ਵਾ ਸੋ ਇਸ ਦਾ ਰਾਈਟ ਆਨਸਰ ਕਿਹੜਾ ਹੋਊਗਾ ਪੋਹ ਇਸ ਦਾ ਰਾਈਟ ਆਨਸਰ ਸੋ ਨੈਕਸਟ ਕੁਐਸਚਨ ਦੇਖਦੇ ਆਂ ਹਾਂਜੀ ਦੇਸੀ ਮਹੀਨਿਆਂ ਦਾ ਸਹੀ ਕ੍ਰਮ ਚੁਣੋ ਇਹਨਾਂ ਦੇ ਵਿੱਚ ਵਿੱਚੋਂ ਜਿਹੜੇ ਦੇਸੀ ਮਹੀਨੇ ਆ ਕਿਹੜੇ ਆ ਤਰਤੀਬ ਵਾਈਜ਼ ਨੇ A ਹੈਗਾ ਚੇਤ ਫੱਗਣ ਮਾਗ ਪੋ B ਹੈਗਾ ਪੋ ਮਾਗ ਫੱਗਣ ਮੱਘਰ C ਹੈਗਾ ਜੇਠ ਹਾੜ ਸੌਣ ਭਾਦੋਂ ਤੇ D ਹੈਗਾ ਚੇਤ ਸੌਣ ਵਿਸਾਖ ਪੋ ਸੋ ਇਹਨਾਂ ਦੇ ਵਿੱਚੋਂ ਜਿਹੜੇ ਤਰਤੀਬ ਵਾਈ ਸਹੀ ਨੇ ਉਹ ਕਿਹੜਾ ਆਪਸ਼ਨ ਆ ਆਪਸ਼ਨ ਨੰਬਰ C ਆ ਜਿਹੜਾ ਉਹ ਰਾਈਟ ਆਨਸਰ ਆ ਜੇਠ ਹਾੜ ਸੌਣ ਭਾਦੋਂ ਠੀਕ ਹੈ ਜੀ ਸੋ ਇਹ ਹੋ ਗਿਆ ਸਹੀ ਤਰਤੀਬ ਵਾਈਜ਼ ਸੋ ਇਹ ਸੀਗੇ ਜੀ ਕੁਝ ਇੰਪੋਰਟੈਂਟ ਕੁਐਸਚਨਸ ਜਿਹੜੇ ਕਿ ਆਪਣੇ ਦੇਸੀ ਮਹੀਨਿਆਂ ਦੇ ਨਾਲ ਸੰਬੰਧਿਤ ਸੀਗੇ ਇਹਨਾਂ ਦੇ ਵਿੱਚੋਂ ਵੀ ਇੱਕ ਅੱਧਾ ਕੁਐਸਚਨ ਆਉਣ ਦੀ ਪੂਰੀ ਉਮੀਦ ਹੈ ਸੋ ਉਮੀਦ ਕਰਦਾ ਹਾਂ ਕਿ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਸੋ ਇਸੇ ਤਰ੍ਹਾਂ ਹੋਰ ਲੇਟੈਸਟ ਐਮਸੀਕਿਊਜ਼ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਦੇ ਨਾਲ ਤੇ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ ਜੇਕਰ ਵੀਡੀਓਜ਼ ਆਪਣੀਆਂ ਤੁਹਾਨੂੰ ਵਧੀਆ ਲੱਗ ਰਹੀਆਂ ਨੇ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕੋਈ 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 ਵੀ ਕਨਫਿਊਜ਼ਨ ਹੁੰਦੀ ਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਆ ਕਰੋ ਜਾਂ ਮੈਨੂੰ ਇੰਸਟਾ ਦੇ ਉੱਤੇ ਮੈਸੇਜ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ